ਤਾਂ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਫਾਰਮਸ ਵਿਲ ਐਕਟ ਲਾਗੂ ਹੋਣ ਤੋਂ ਬਾਅਦ ਕਿਸਾਨਾਂ ਵਿੱਚ ਕਾਫੀ ਗੁੱਸਾ ਅਤੇ ਵਿਰੋਧ ਦਾ ਮਾਹੌਲ ਹੋ ਚੁੱਕਿਆ ਹੈ। ਅਤੇ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਆਖਿਰ ਇਸ ਕਾਨੂੰਨ ਵਿੱਚ ਹੈ ਕਿ ਜਿਸ ਕਰਕੇ ਕਿਸਾਨਾਂ ਨੂੰ ਆਪਣੇ ਅਗੇਂਸਟ ਲੱਗ ਰਿਹਾ ਹੈ ਅਤੇ ਕਿਉਂ ਉਸਦਾ ਵਿਰੋਧ ਕਰ ਰਹੇ ਨੇ। ਪੂਰੀ ਡਿਟੇਲ ਤੁਹਾਨੂੰ ਇਸ ਵੀਡੀਓ ਵਿੱਚ ਦੇਵਾਂਗਾ। ਜੇ ਵੀਡੀਓ ਬੈਨੀਫਿਸ਼ਲ ਲੱਗਦੀ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ, ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਹੈ। ਦੋਸਤੋ ਪਾਰਲੀਮੈਂਟ ਵਿੱਚ 20 ਸਪਤੰਬਰ 2020 ਨੂੰ ਜਿਹੜੇ ਕਿ ਇਹ 3 ਬਿੱਲ ਜਿਹੜੇ ਪਾਸ ਹੋਏ ਸੀ, ਜਿਨ੍ਹਾਂ ਵਿੱਚੋਂ 2 ਤਾਂ ਉਸ ਟਾਈਮ ਹੀ ਜਿਹੜਾ ਰਾਜ ਸਭਾ ਦੁਆਰਾ ਪਾਸ ਕਰ ਦਿੱਤਾ ਗਿਆ ਸੀ, ਪਰ ਇੱਕ ਬਿੱਲ 'ਤੇ ਹਲੇ ਗੱਲਬਾਤ ਚੱਲੀ ਜਾਂਦੀ ਸੀ, ਪਰ ਉਹ ਵੀ ਹੁਣ ਜਿਹੜਾ ਕਿ ਉਹ ਪਾਸ ਹੋ ਚੁੱਕਾ ਹੈ। ਅਤੇ ਗੱਲ ਦੋਸਤੋ ਇਸ ਟਾਈਮ ਦੀ ਕਰੀਏ ਤਾਂ ਜਿਹੜਾ ਫਾਰਮ ਬਿੱਲ ਆ ਉਹ ਰਾਜ ਸਭਾ ਅਤੇ ਲੋਕ ਸਭਾ ਵੱਲੋਂ ਪਾਸ ਕਰ ਦਿੱਤਾ ਗਿਆ ਹੈ, ਪਰ ਜਿਹੜੀ ਰਾਸ਼ਟਰਪਤੀ ਆਪਣੇ ਪ੍ਰੈਜ਼ੀਡੈਂਟ ਦੀ ਮੋਹਰ ਲੱਗਣੀ ਹਲੇ ਬਾਕੀ ਹੈ। ਮੇ ਬੀ 2-4 ਦਿਨਾਂ ਵਿੱਚ ਜੇ ਇਹ ਲਾਗੂ ਹੋ ਜਾਂਦਾ, ਰਾਸ਼ਟਰਪਤੀ ਦੇ ਜਿਹੜੀ ਕਿ ਮੋਹਰ ਲੱਗ ਜਾਂਦੀ ਹੈ ਤਾਂ ਇਹ ਬਿੱਲ ਤੋਂ ਐਕਟ ਬਣ ਜਾਂਦਾ ਹੈ, ਅਤੇ ਐਕਟ ਬਣਨ ਤੋਂ ਬਾਅਦ ਇਹ ਕਾਨੂੰਨੀ ਰੂਪ ਵਿੱਚ ਜਿਹੜਾ ਕਿ ਲੋਕਾਂ ਨੂੰ ਇਸਦਾ ਪਾਲਣ ਕਰਨਾ ਪਵੇਗਾ। ਦੋਸਤੋ ਜੂਨ ਵਿੱਚ ਆਰਡੀਨੈਂਸ ਦੇ ਤੌਰ 'ਤੇ ਸਭ ਤੋਂ ਪਹਿਲਾਂ ਇਹ ਬਿੱਲ ਪਾਸ ਕੀਤਾ ਗਿਆ ਸੀ। ਉਸ ਟਾਈਮ ਵਿੱਚ ਵੀ ਲੋਕਾਂ ਨੇ ਛੋਟੇ ਲੈਵਲ 'ਤੇ ਕਾਫੀ ਇਸਦਾ ਰੋਸ ਪ੍ਰਦਰਸ਼ਨ ਕੀਤਾ ਸੀ ਅਤੇ ਕਾਫੀ ਇਸਦੇ ਅਗੇਂਸਟ ਜਿਹੜੀ ਕਿ ਗੱਲਾਂ ਚੱਲੀਆਂ ਸਨ। ਸਭ ਤੋਂ ਜ਼ਿਆਦਾ ਹੁਣ ਗੱਲ ਕਰੀਏ ਤਾਂ ਇਸ ਟਾਈਮ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼, ਮਤਲਬ ਕਿ ਉੱਤਰੀ ਜਿਹੜੇ ਏਰੀਏ ਨੇ ਉਹਨਾਂ ਵਿੱਚ ਕਾਫੀ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ, ਕਿਉਂਕਿ ਇਹਨਾਂ ਏਰੀਏ ਵਿੱਚ ਜਿਹੜਾ ਕੀ ਆ ਸਮਾਲ ਕਿਸਾਨ ਜ਼ਿਆਦਾ ਵਰਕ ਕਰਦੇ ਨੇ, ਜਿਹੜੇ ਛੋਟੇ ਫਾਰਮਰ ਨੇ ਉਹਨਾਂ ਦੀ ਜ਼ਿਆਦਾ ਤਾਇਦਾਦ ਹੈ, ਇਸ ਕਰਕੇ ਇਸਦਾ ਜ਼ਿਆਦਾ ਵਿਰੋਧ ਇਹਨੇ ਆਪਣੇ ਖੇਤਰਾਂ ਵਿੱਚ ਹੋ ਰਿਹਾ ਹੈ। ਦੈਨ ਦੋਸਤੋ ਹੁਣ ਆਪਾਂ ਗੱਲ ਕਰ ਲੈਂਦੇ ਹਾਂ ਜਿਹੜੇ 3 ਫਾਰਮ ਬਿੱਲ ਕਿਹੜੇ ਹਨ। ਸਭ ਤੋਂ ਪਹਿਲਾਂ ਗੱਲ ਕਰੀਏ ਦਾ ਫਾਰਮਰ ਪ੍ਰੋਡਿਊਸ ਟ੍ਰੇਡ ਐਂਡ ਕਮਰਸ ਪ੍ਰਮੋਸ਼ਨ ਐਂਡ ਫੈਸੀਲੀਸ਼ਨ ਆਫ ਬਿੱਲ। ਦੋਸਤੋ ਮੈਂ ਬਿੱਲ ਇਸ ਕਰਕੇ ਕਹਿ ਰਿਹਾ ਹਾਲੇ ਇਹ ਪੈਂਡਿੰਗ ਨੇ, ਕਿਉਂਕਿ ਜਦੋਂ ਰਾਸ਼ਟਰਪਤੀ ਦੇ ਸਾਈਨ ਹੋ ਗਏ ਉਸ ਤੋਂ ਬਾਅਦ ਇਹ ਐਕਟ ਬਣ ਜਾਣਗੇ, ਇਸ ਲਈ ਇਸ ਟਾਈਮ ਆਪਾਂ ਇਸ ਨੂੰ ਬਿੱਲ ਕਹਿ ਕੇ ਹੀ ਸੰਬੋਧਿਤ ਕਰਾਂਗੇ। ਅਤੇ ਇਸਦਾ ਮਤਲਬ ਹੈ ਦੋਸਤੋ ਕਿਸਾਨ ਉਪਤਵਾਦ ਅਤੇ ਵਣਜ ਪ੍ਰਚਾਰ ਅਤੇ ਸੁਵਿਧਾ ਰਿਲੇਟਡ। ਦੋਸਤੋ ਸਭ ਤੋਂ ਪਹਿਲਾਂ ਆਪਾਂ ਨੂੰ ਇਹਨਾਂ ਦੇ ਨਾਮ ਜਾਣਨੇ ਜ਼ਰੂਰੀ ਹਨ, ਤਾਂ ਕਿ ਆਪਾਂ ਜੇ ਕਿਤੇ ਹੋਰ ਵੀ ਸਰਚ ਕਰਨਾ ਹੋਵੇ ਤਾਂ ਆਪਾਂ ਇਹਨਾਂ ਬਿੱਲਾਂ ਦੇ ਨਾਮ ਲਿਖ ਕੇ ਸਰਚ ਕਰ ਸਕਦੇ ਹਾਂ ਅਤੇ ਡਿਟੇਲ ਇਕੱਠੀ ਕਰ ਸਕਦੇ ਹਾਂ, ਤਾਂ ਜੋ ਆਪਾਂ ਨੂੰ ਪਤਾ ਲੱਗ ਸਕੇ ਕਿ ਆਖਿਰ ਇਹਨਾਂ ਬਿੱਲਾਂ ਵਿੱਚ ਹੈ ਕਿ ਕਿਸਾਨ ਇਹਨਾਂ ਦੇ ਅਗੇਂਸਟ ਕਿਉਂ ਹੈ। ਅਤੇ ਸੈਕਿੰਡ ਬਿੱਲ ਦੀ ਗੱਲ ਕਰੀਏ ਦੋਸਤੋ, ਦਾ ਫਾਰਮਰ ਇੰਪਾਵਰਮੈਂਟ ਐਂਡ ਪ੍ਰੋਟੈਕਸ਼ਨ ਐਗਰੀਮੈਂਟ ਔਨ ਦਾ ਪ੍ਰਾਈਸ ਇੰਸ਼ੋਰ ਐਂਡ ਫਾਰਮ ਸਰਵਿਸ ਬਿੱਲ। ਦੋਸਤੋ ਇਸਦਾ ਮਤਲਬ ਹੈ ਕਿਸਾਨ ਦਾ ਸ਼ਕਤੀਕਰਨ ਅਤੇ ਸੁਰੱਖਿਆ ਇਨਾਮੀ ਇੰਸ਼ੋਰੈਂਸ ਅਤੇ ਫਾਰਮ ਸਰਵਿਸ ਬਿੱਲ। ਮੈਨੂੰ ਪਤਾ ਦੋਸਤੋ ਇਹਨੇ ਵੱਡੇ ਵੱਡੇ ਨਾਮ ਸੁਣ ਕੇ ਤੁਸੀਂ ਬੋਰ ਹੋ ਰਹੇ ਹੋਗੇ ਅਤੇ ਸੋਚ ਰਹੇ ਹੋਗੇ ਕਿ ਕੋਈ ਕੰਮ ਦੀ ਗੱਲ ਤਾਂ ਹੈ ਨਹੀਂ ਹੈ, ਬਟ ਦੋਸਤੋ ਇਹਨਾਂ ਬਿੱਲਾਂ ਨੂੰ ਅੱਗੇ ਜਾ ਕੇ ਮੈਂ ਐਕਸਪਲੇਨ ਕਰਾਂਗਾ ਕਿ ਇਸ ਬਿੱਲ ਵਿੱਚ ਕੀ ਸਰਕਾਰ ਕੀ ਚਾਹੁੰਦੀ ਹੈ, ਕਿਸਾਨਾਂ ਤੋਂ ਕੀ ਇਹ ਕਰਨ, ਵੀ ਇਹ ਕਿਹੜਾ ਕਾਨੂੰਨ ਲਾਗੂ ਕਰਨਾ ਚਾਹੁੰਦੀ ਹੈ। ਇਸ ਕਰਕੇ ਵੀਡੀਓ ਨੂੰ ਪੂਰਾ ਜ਼ਰੂਰ ਦੇਖੋ ਜੇ ਪੂਰੀ ਨੌਲੇਜ ਲੈਣਾ ਚਾਹੁੰਦੇ ਹੋ ਤਾਂ। ਥਰਡ ਬਿੱਲ ਦੀ ਗੱਲ ਕਰੀਏ, ਇਜ਼ੈਂਟਲ ਕੋਮੋਡਿਟੀ ਅਮੈਂਡਮੈਂਟ ਬਿੱਲ 2020 ਹੈ। ਦੋਸਤੋ ਇਸ ਵਿੱਚ ਜ਼ਰੂਰੀ ਵਸਤਾਂ ਉਹਨਾਂ ਵਿੱਚ ਸੋਧ ਕੀਤੀ ਜਾਂਦੀ ਹੈ। ਦੋਸਤੋ ਮੈਂ ਇਹਨਾਂ ਦੇ ਨਾਮ ਤੁਹਾਨੂੰ ਇਸ ਕਰਕੇ ਦੱਸ ਰਿਹਾ ਕਿਉਂਕਿ ਇਗਜ਼ਾਮ ਦੇ ਪੁਆਇੰਟ ਆਫ ਵਿਊ ਨਾਲ ਦੇਖੀਏ ਤਾਂ ਇਹ ਕਾਫੀ ਇੰਪੋਰਟੈਂਟ ਨੇ। ਇਹ ਜਿਹੜੇ ਕਰੰਟ ਅਫੇਅਰ ਦੇ ਕੁਐਸਚਨ ਵਿੱਚੋਂ ਇਹ ਜ਼ਰੂਰ ਆਉਣਗੇ। ਜੋ ਵੀ ਕਿ ਗੌਰਮੈਂਟ ਇਗਜ਼ਾਮ ਦੀ ਤਿਆਰੀ ਕਰ ਰਿਹਾ ਤਾਂ ਇਹਨਾਂ ਦੇ ਨਾਮ ਰਿਲੇਟਡ ਕੁਐਸਚਨ ਜ਼ਰੂਰ ਆ ਸਕਦੇ ਨੇ, ਤਾਂ ਕਰਕੇ ਇੱਕ ਵਾਰੀ ਕਾਪੀ 'ਤੇ ਲਿਖ ਕੇ ਚੰਗੀ ਤਰ੍ਹਾਂ ਰੀਡ ਕਰ ਲਿਓ ਉਹਨਾਂ ਨਾਵਾਂ ਨੂੰ। ਅਤੇ ਦੋਸਤੋ ਹੁਣ ਆਪਾਂ ਕਲੀਅਰਫਾਈ ਕਰ ਲੈਂਦੇ ਹਾਂ ਕਿ ਆਖਿਰ ਇਹਨਾਂ ਦਾ ਮਤਲਬ ਕੀ ਹੈ, ਕਿਸਾਨਾਂ ਨੂੰ ਇਹ ਆਪਣੇ ਅਗੇਂਸਟ ਕਿਉਂ ਲੱਗਦੇ ਨੇ ਇਹ। ਅਤੇ ਫਸਟ ਬਿੱਲ ਦੀ ਗੱਲ ਕਰੀਏ, ਸਭ ਤੋਂ ਪਹਿਲਾਂ ਇਸ ਵਿੱਚ ਮੌਜੂਦਾ ਸਰਕਾਰ ਨੇ ਜੋ ਕਿਹਾ ਹੈ ਕਿ ਹੁਣ ਭਾਰਤ ਦਾ ਕਿਸਾਨ ਉਹ ਆਪਣੀ ਫਸਲ ਨੂੰ ਕਿਤੇ ਵੀ ਜਾ ਕੇ ਵੇਚ ਸਕਦਾ ਹੈ, ਉਸਨੂੰ ਅੰਤਰ ਰਾਜ ਜਾਂ ਅੰਤਰ ਜ਼ਿਲ੍ਹੇ ਦਾ ਕੋਈ ਵੀ ਬੈਰੀਅਰ ਪਾਰ ਨਹੀਂ ਕਰਨਾ ਪਵੇਗਾ ਅਤੇ ਕੋਈ ਐਕਸਟਰਾ ਫੀਸ ਨਹੀਂ ਦੇਣੀ ਪਵੇਗੀ। ਉਹ ਆਪਣੇ ਜਿਹੜਾ ਵੀ ਰੇਟ ਉਸਨੂੰ ਮਿਲਦਾ ਹੈ, ਆਪਣੀ ਜੇ ਇੱਛਾ ਹੈ ਤਾਂ ਉਹ ਵੇਚ ਸਕਦਾ ਕਿਤੇ ਵੀ ਪੂਰੇ ਇੰਡੀਆ ਵਿੱਚ ਜਾ ਕੇ। ਔਰ ਕਲੀਅਰਲੀ ਗੱਲ ਕਰੀਏ ਤਾਂ ਜਿਹੜਾ ਫਾਰਮਰ ਹੈ, ਜਿਹੜਾ ਕਿਸਾਨ, ਉਹ ਡਾਇਰੈਕਟ ਸੇਲ ਕਰ ਸਕਦਾ ਆਪਣੀ ਫਸਲ ਨੂੰ। ਜਿਵੇਂ ਕਿ ਪਹਿਲਾਂ ਆਪਾਂ ਦਾਣਾ ਮੰਡੀ ਵਿੱਚ ਢੇਰ ਲਗਾ ਕੇ ਆਪਾਂ ਨੂੰ ਆੜ੍ਹਤੀਆਂ ਨੂੰ ਜਿਹੜਾ ਕਿ ਆਪਣਾ ਸੇਲ ਕਰਨਾ ਪੈਂਦਾ ਸੀ ਅਤੇ ਆੜ੍ਹਤੀਆਂ ਜਿਹੜਾ ਅੱਗੇ ਉਹ ਸਪਲਾਈ ਕਰਦਾ ਸੀ, ਮਤਲਬ ਕਿ ਬੀਜ ਵਾਲਾ ਬੰਦਾ ਜਿਹੜਾ ਉਹ, ਹੁਣ ਉਹਨੇ ਇਸ ਐਕਟ ਦੁਆਰਾ ਉਹ ਚੱਕ ਦਿੱਤਾ ਹੈ ਕਿ ਉਸਨੂੰ ਕੋਈ ਜ਼ਰੂਰਤ ਨਹੀਂ ਆਪਾਂ ਨੂੰ ਬੀਜ ਵਾਲੇ ਬੰਦੇ ਦੀ, ਆੜ੍ਹਤੀਆਂ ਦੀ। ਹੁਣ ਇੱਕ ਇਗਜ਼ੈਂਪਲ ਦੇ ਥਰੂ ਸਮਝਾਵਾਂ, ਜਿਵੇਂ ਕਿ ਆਸ਼ੀਰਵਾਦ ਆਟਾ ਹੈ, ਤੁਸੀਂ ਸਾਰਿਆਂ ਨੂੰ ਕੰਪਨੀ ਦਾ ਨਾਮ ਸੁਣਿਆ ਹੋਵੇਗਾ। ਜੇ ਪਹਿਲਾਂ ਆਪਾਂ ਆਸ਼ੀਰਵਾਦ ਆਟਾ ਕੰਪਨੀ ਨੂੰ ਜੇ ਕਿ ਕਣਕ ਚਾਹੀਦੀ ਹੁੰਦੀ ਸੀ, ਗੇਹੂੰ ਚਾਹੀਦਾ ਹੈ, ਤਾਂ ਉਸਨੂੰ ਜਿਹੜਾ ਕਿ ਆੜ੍ਹਤੀਆਂ ਨਾਲ ਕੰਟੈਕਟ ਕਰਨਾ ਪੈਂਦਾ ਅਤੇ ਆੜ੍ਹਤੀਆਂ ਤੋਂ ਉਹ ਸੇਲ ਕਰਦਾ ਸੀ ਅਤੇ ਵਿੱਚ ਦੀ ਕਮਿਸ਼ਨ ਹੁੰਦੀ ਸੀ ਜਿਹੜੀ ਆੜ੍ਹਤੀਆਂ ਰੱਖ ਲੈਂਦਾ ਸੀ। ਹੁਣ ਜਿਹੜਾ ਆਸ਼ੀਰਵਾਦ ਆਟੇ ਦੀ ਕੰਪਨੀ ਹੈ ਜਿਹੜੀ, ਉਹ ਸਿੱਧਾ ਕਿਸਾਨਾਂ ਤੋਂ ਬਾਏ ਕਰ ਸਕਦੀ ਹੈ ਗੇਹੂੰ ਅਤੇ ਆਪਣੀ ਕੰਪਨੀ ਵਿੱਚ ਇਸਦਾ ਪ੍ਰੋਡਕਟ ਤਿਆਰ ਕਰ ਸਕਦੀ ਹੈ। ਦੋਸਤੋ ਹੁਣ ਤੁਸੀਂ ਸੋਚੋਗੇ ਇਹ ਗੱਲ ਤਾਂ ਚੰਗੀ ਹੈ, ਇਹ ਗੱਲ ਤਾਂ ਸਹੀ ਹੈ ਕਿ ਆਪਾਂ ਆਪਣੀ ਫਸਲ ਨੂੰ ਸਿੱਧਾ ਵੇਚ ਰਹੇ ਹਾਂ, ਪਰ ਦੋਸਤੋ ਇਹ ਗੱਲ ਬਿਲਕੁਲ ਸਹੀ ਹੈ ਉਹਨਾਂ ਕਿਸਾਨਾਂ ਵਾਸਤੇ ਜਿਹੜਾ ਕਿ ਰਿਚ ਕਿਸਾਨ ਹੈ, ਮਤਲਬ ਕਿ ਅਮੀਰ ਕਿਸਾਨ ਹੈ, ਉਹਨਾਂ ਵਾਸਤੇ ਇਹ ਗੱਲ ਬਿਲਕੁਲ ਸਹੀ ਹੈ। ਬਟ ਆਪਣੇ ਪੰਜਾਬ ਦੀ ਗੱਲ ਕਰੀਏ ਤਾਂ 85% ਜਿਹੜੇ ਕਿਸਾਨ ਆ ਉਹ ਗਰੀਬ ਕਿਸਾਨ ਹਨ, ਜਿਹੜੇ ਕਿ ਟਰਾਂਸਪੋਰਟ ਦਾ ਖਰਚਾ ਜਿਹੜਾ ਉਹ ਨਹੀਂ ਹੈਂਡਲ ਕਰ ਸਕਦੇ, ਅਤੇ ਇਸ ਤੋਂ ਇਲਾਵਾ
ਪ੍ਰੋਬਲਮ ਇਹ ਸਾਹਮਣੇ ਆ ਰਹੀ ਹੈ ਕਿ ਜਿਵੇਂ ਕਿ ਇਸ ਟਾਈਮ ਸੀ ਪਿਛਲੇ ਸਾਲ ਹੀ ਜਿਹੜਾ ਗੇਹੂੰ ਦਾ ਰੇਟ ਸੀ ਉਹ 2000 ਪ੍ਰਤੀ ਕੁਇੰਟਲ ਦਾ ਰੇਟ ਸੀ ਅਤੇ ਆਪਾਂ ਜਿਹੜਾ ਕਿ ਆੜ੍ਹਤੀਆਂ ਨੂੰ ਜਿਹੜਾ ਉਹ 1800 ਜਾਂ 1700 ਦੇ ਰੇਟ ਵਿੱਚ ਆਪਾਂ ਨੂੰ ਵੇਚਣੀ ਪੈਂਦੀ ਸੀ। ਪ੍ਰੋਬਲਮ ਇਹ ਵੀ ਕ੍ਰੀਏਟ ਹੋ ਸਕਦੀ ਹੈ ਫਿਊਚਰ ਵਿੱਚ ਜਿਵੇਂ ਕਿ ਹੁਣ ਕੋਈ ਕੰਪਨੀ ਹੈ ਜਿਵੇਂ ਆਸ਼ੀਰਵਾਦ ਆਟੇ ਦੀ ਕੰਪਨੀ ਹੈ ਉਸਨੂੰ ਜੇ ਤੁਹਾਡੇ ਤੋਂ ਗੇਹੂੰ ਚਾਹੀਦਾ ਹੈ ਤਾਂ ਹੁਣ ਆਪਾਂ ਡਾਇਰੈਕਟ ਕੰਪਨੀ ਨੂੰ ਹੀ ਵੇਚ ਸਕਦੇ ਹਾਂ ਨਾ ਆੜ੍ਹਤੀ ਨੂੰ ਵੇਚ ਸਕਦੇ ਹਾਂ ਨਾ ਆਪਣੇ ਕੋਲ ਸਟੋਰ ਕਰਨ ਲਈ ਕੋਈ ਜਗ੍ਹਾ ਹੈ। ਠੀਕ ਹੈ ਦੋਸਤੋ, ਹੁਣ ਕੰਪਨੀ ਜੇ ਚਾਹੁੰਦੀ ਹੈ ਤਾਂ ਕਿ ਮੈਂ ਤੁਹਾਡੀ ਫਸਲ ਜਿਹੜੀ 1500 ਰੁਪਏ ਕੁਇੰਟਲ 'ਤੇ ਹੀ ਲਊਂਗਾ, ਜੇ ਤੁਸੀਂ ਵੇਚਣੀ ਹੈ ਤਾਂ ਵੇਚੋ, ਨਹੀਂ ਤੁਹਾਡੀ ਖਰਾਬ ਹੁੰਦੀ ਹੈ ਤਾਂ ਹੋਣ ਤੋਂ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ। ਤਾਂ ਇਹ ਜਿਹੜੀ ਪ੍ਰੋਬਲਮ ਹੈਗੀ ਛੋਟੇ ਕਿਸਾਨਾਂ ਨੂੰ ਬਹੁਤ ਹੀ ਹਾਨੀਕਾਰਕ ਹੋ ਸਿੱਧ ਹੋ ਸਕਦੀ ਹੈ, ਤਾਂ ਕਰਕੇ ਇਸ ਦਾ ਚੰਗੀ ਤਰ੍ਹਾਂ ਰੋਸ ਪੰਜਾਬ ਦੇ ਹਰ ਕੋਨੇ ਵਿੱਚ ਕੀਤਾ ਜਾ ਰਿਹਾ, ਪੰਜਾਬ ਨਹੀਂ ਹਰ ਇੰਡੀਆ ਵਿੱਚ ਲਗਭਗ ਸਾਰੇ ਦੇਸ਼ ਦਾ ਜਿਹੜੀ ਇਸ ਜਿਹੜਾ ਐਕਟ ਦੇ ਅਗੇਂਸਟ ਬੋਲਿਆ ਜਾ ਰਿਹਾ ਅਤੇ ਪੂਰੇ ਧਰਨੇ ਲਗਾਏ ਜਾ ਰਹੇ ਨੇ। ਦੋਸਤੋ, ਪੂਰੇ ਚਾਂਸ ਬਣਦੇ ਨੇ ਕਿ ਜਿਹੜਾ ਕਿ ਖਰੀਦਣ ਵਾਲਾ ਉਹ ਕਾਫੀ ਵੱਡਾ ਹੋ ਜਾਵੇਗਾ ਅਤੇ ਜਿਹੜਾ ਵੇਚਣ ਵਾਲਾ ਉਹ ਕਾਫੀ ਛੋਟਾ ਹੋ ਜਾਵੇਗਾ, ਕਿਉਂਕਿ ਇੱਕ ਟੈਨਸ਼ਨ ਦੀ ਗੱਲ ਇਹ ਸੀ ਕਿ ਜਿਹੜੀ APMC ਮੰਡੀ ਜਿਹੜੀ ਦਾਣਾ ਮੰਡੀ ਹੁੰਦੀ ਆ ਉਹਨੂੰ APMC ਮੰਡੀ ਕਹਿ ਦਿੰਦੇ ਆਪਾਂ, ਅਤੇ ਜੇ ਇਹ ਸਟੋਪ ਹੋ ਗਈ ਤਾਂ ਪ੍ਰਾਈਵੇਟ ਮੰਡੀ ਦਾ ਜਿਹੜਾ ਨਿਰਮਾਣ ਹੋ ਜਾਵੇਗਾ। ਅਤੇ ਪ੍ਰਾਈਵੇਟ ਮੰਡੀ ਵਿੱਚ ਜਿਹੜਾ ਕਿ ਜੋ ਵੀ ਪ੍ਰਾਈਵੇਟ ਬੰਦਾ ਹੋਵੇਗਾ, ਤੁਹਾਨੂੰ ਪਤਾ ਕਿ ਪ੍ਰਾਈਵੇਟ ਦਾ ਰੇਟ ਅਤੇ ਗੌਰਮੈਂਟ ਦਾ ਰੇਟ ਅਲੱਗ ਹੁੰਦਾ ਹੈ, ਅਤੇ ਆਪਣੀ ਮਨਮਰਜ਼ੀ ਦੇ ਮੁਤਾਬਿਕ ਉਹ ਖਰੀਦੇਗਾ, ਅਤੇ ਕਿਸਾਨ ਨੂੰ ਇਹ ਵੇਚਣੀ ਵੀ ਪਵੇਗੀ ਕਿਉਂਕਿ ਨਾ ਤਾਂ ਉਹ ਸਟੋਰ ਕਰ ਸਕਦਾ ਹੈ ਅਤੇ ਨਾ ਹੀ ਇਸ ਤੋਂ, ਜੇ ਉਹ ਨਾ ਚਾਹੇ ਤਾਂ ਉਸ ਤੋਂ ਵੱਧ ਰੇਟ 'ਤੇ ਉਹ ਵੇਚ ਸਕਦਾ ਹੈ। ਰੀਜ਼ਨ ਇਹ ਹੋ ਜਾਂਦਾ ਕਿ ਇਹ ਡਰ ਵੀ ਕਿਸਾਨਾਂ ਦੇ ਮਨ ਵਿੱਚ ਬੈਠ ਗਿਆ ਹੈ ਕਿ ਜੇ ਆਪਾਂ ਸਰਕਾਰੀ ਦਾਣਾ ਮੰਡੀ ਜਿਹੜੀ ਉਹ ਬੰਦ ਹੋ ਜਾਣਗੀ ਤਾਂ ਰੀਜ਼ਨ ਆਪਾਂ ਨੂੰ ਪ੍ਰਾਈਵੇਟ ਦੇਣਾ ਹੀ ਪਵੇਗਾ। ਇਹ ਬਿੱਲ ਜਿਹੜਾ ਕਹਿੰਦਾ ਹੈ ਕਿ ਕਿਸਾਨ ਭਾਰਤ ਵਿੱਚ ਕਿਤੇ ਵੀ ਜਾ ਕੇ ਆਪਣੀ ਉਪਜ ਨੂੰ ਵੇਚ ਸਕਦਾ ਹੈ, ਜੋ ਕਿ ਔਨ ਪੇਪਰ ਸੁਣਨ ਵਿੱਚ ਬਹੁਤ ਵਧੀਆ ਲੱਗਦਾ ਹੈ, ਪਰ ਜਿਹੜਾ ਕਿ ਟਰਾਂਸਪੋਰਟ ਅਤੇ ਸਟੋਰੇਜ ਦਾ ਖਰਚਾ ਹੁੰਦਾ ਹੈ ਇਹ ਕੋਈ ਜ਼ਿਆਦਾ ਬੈਨੀਫਿਸ਼ੀਅਲ ਵਾਲਾ ਕੰਮ ਨਹੀਂ ਹੈ ਇਸ ਕਿਸਾਨਾਂ ਲਈ। ਇੱਕ ਗੱਲ ਹੋਰ ਧਿਆਨ ਨਾਲ ਸਮਝਣ ਵਾਲੀ ਹੈ ਕਿ ਕਦੇ ਵੀ ਕਿਸਾਨਾਂ ਨੂੰ ਕਿਸੇ ਵੀ ਇੰਡੀਆ ਵਿੱਚ ਕਿਤੇ ਵੀ ਜਾ ਕੇ ਉਹ ਵੇਚ ਸਕਦਾ ਸੀ, ਇਸਦਾ ਕੋਈ ਮਨਾਹੀ ਨਹੀਂ ਸੀ, ਪਰ ਹਾਂ ਜਿਹੜਾ ਕਿ ਆੜ੍ਹਤੀ ਹੁੰਦੇ ਸੀ ਉਸ ਨੂੰ ਮਨਾਹੀ ਜ਼ਰੂਰ ਸੀ ਕਿ ਉਹ ਜਿਹੜੇ ਏਰੀਏ ਵਿੱਚ ਜਿਸ ਨੇ ਪ੍ਰੋਡਕਟ ਖਰੀਦਿਆ, ਜਿਹੜੀ ਪ੍ਰੋਡਿਊਸ ਖਰੀਦੀ ਹੈ ਉਹ ਉੱਥੇ ਹੀ ਵੇਚ ਸਕਦਾ ਹੈ, ਪਰ ਕਿਸੇ ਅਦਰ ਸਟੇਟ ਵਿੱਚ ਨਹੀਂ ਵੇਚ ਸਕਦਾ। ਪਰ ਕਿਸਾਨ ਨੂੰ ਜੇ ਇੰਡੀਵਿਜੁਅਲ ਕਿਸਾਨ ਹੈ ਉਹ ਕਿਤੇ ਵੀ ਜਾ ਕੇ ਭਾਰਤ ਵਿੱਚ ਆਪਣੇ ਸਹੀ ਰੇਟ 'ਤੇ ਆਪਾਂ ਜਿੱਥੇ ਉਹਨੂੰ ਸਹੀ ਲੱਗਦਾ ਰੇਟ ਉੱਥੇ ਜਿਹੜੀ ਆਪਣੀ ਉਪਜ ਹੈ ਉਹ ਵੇਚ ਸਕਦਾ ਸੀ, ਤਾਂ ਇਹ ਕੋਈ ਲਾਗੂ ਕਰਨ ਵਾਲੀ ਕੋਈ ਗਲਤਾਂ ਬਣੀ ਨਹੀਂ ਹੈ। ਕਿਤੇ ਵੀ ਜਾ ਕੇ ਭਾਰਤ ਵਿੱਚ ਜਿਹੜੀ ਫਸਲ ਵੇਚ ਸਕਦਾ ਹੈ, ਪਰ ਜੇ ਇੰਨਾ ਪਾਗਲ ਵੀ ਨਹੀਂ ਹੈ ਕਿਸਾਨ ਕਿ ਕਿਤੇ ਹੋਰ ਜਾ ਕੇ ਵੇਚੇਗਾ। ਜੇ ਚਲੋ ਮੰਨ ਲਓ ਤੁਸੀਂ 400-500 ਕਿਲੋਮੀਟਰ ਦੂਰ ਜਾ ਕੇ ਤੁਹਾਨੂੰ ਵਧੀਆ ਰੇਟ ਮਿਲ ਰਿਹਾ, ਤਾਂ ਉਹ ਟਰਾਂਸਪੋਰਟ ਦਾ ਖਰਚਾ ਅਤੇ ਉਸਨੂੰ ਸਟੋਰੇਜ ਰੱਖਣ ਦਾ ਖਰਚਾ ਗੱਲ ਉੱਥੇ ਹੀ ਆ ਜਾਂਦੀ ਹੈ, ਤਾਂ ਕਰਕੇ ਕੋਈ ਇਹ ਫਾਇਦੇਮੰਦ ਵਾਲਾ ਸੌਦਾ ਨਹੀਂ ਸੀ ਜਿਹੜਾ ਕਿ ਇਹ ਐਕਟ ਲਾਗੂ ਕੀਤਾ ਹੈ। ਅਤੇ ਦੋਸਤੋ, ਜੇ ਇਹ ਕਾਨੂੰਨ ਲਾਗੂ ਹੋ ਜਾਂਦਾ ਹੈ ਪੂਰੀ ਤਰ੍ਹਾਂ, ਤਾਂ ਇਸਦਾ ਪ੍ਰਭਾਵ ਕੇਵਲ ਕਿਸਾਨਾਂ 'ਤੇ ਨਹੀਂ ਪਵੇਗਾ, ਜਿਹੜਾ ਕਿ ਉੱਥੇ ਦਾਣਾ ਮੰਡੀ ਵਿੱਚ APMC ਜਿਹੜੀ ਗੌਰਮੈਂਟ ਸਰਕਾਰੀ ਮੰਡੀ ਹੁੰਦੀ ਹੈ ਉਸ ਵਿੱਚ ਜਿਹੜੇ ਕੰਮ ਕਰ ਰਹੇ ਸੀ, ਪੱਲੇਦਾਰੀ ਦਾ ਕੰਮ ਕਰਦੇ ਸੀ, ਜਿਹੜੇ ਬੋਰੀਆਂ ਚੱਕਦੇ ਸੀ, ਅਤੇ ਜਿਹੜੇ ਕਿ ਪਿੰਡ ਦਾ ਕੰਮ ਕਰਦੇ ਆ ਜਿਹੜੇ, ਅਤੇ ਆੜ੍ਹਤੀਏ ਦੀ ਪੂਰੀ ਜਿਹੜੀ ਅਰਨਿੰਗ 'ਤੇ ਵੀ ਉਹ ਅਸਰ ਪੈਂਦਾ। ਇਸ ਤੋਂ ਇਲਾਵਾ ਕਿ ਇਹ ਗੌਰਮੈਂਟ ਸਟੇਟ ਗੌਰਮੈਂਟ ਦੀ ਅਰਨਿੰਗ 'ਤੇ ਵੀ ਅਸਰ ਪਾਉਂਦਾ ਹੈ ਕਿ ਜੋ ਕਿ ਦਾਣਾ ਮੰਡੀ ਥਰੂ ਉਹਨੂੰ 3-4% ਜਿਹੜਾ ਟੈਕਸ ਪ੍ਰੋਵਾਈਡ ਹੁੰਦਾ ਹੈ ਸਰਕਾਰ ਨੂੰ। ਇਸਦਾ ਰੀਜ਼ਨ ਇਹ ਹੁੰਦਾ ਹੈ ਕਿ ਜਿਹੜਾ ਕਿ ਦਾਣਾ ਮੰਡੀ ਤੋਂ ਜਿਹੜਾ ਟੈਕਸ ਪ੍ਰੋਵਾਈਡ ਹੁੰਦਾ ਸੀ, ਜਿਹੜੀ ਗੌਰਮੈਂਟ ਇਨਕਮ ਹੁੰਦੀ ਸੀ ਉਹ ਬੰਦ ਹੋ ਜਾਵੇਗੀ। ਤਾਂ ਓਵਰਆਲ ਗੱਲ ਕਰੀਏ ਕਿ ਕੋਈ ਬੈਨੀਫਿਸ਼ੀਅਲ ਵਾਲਾ ਸੌਦਾ ਮੈਨੂੰ ਤਾਂ ਲੱਗਿਆ ਨਹੀਂ, ਜੇ ਤੁਹਾਨੂੰ ਲੱਗਦਾ ਤਾਂ ਵੀਡੀਓ ਵਿੱਚ ਕਮੈਂਟ ਜ਼ਰੂਰ ਕਰ ਦਿਓ। ਅਤੇ ਸੈਕਿੰਡ ਬਿੱਲ ਦੀ ਗੱਲ ਕਰੀਏ ਦੋਸਤੋ, ਕੰਟਰੈਕਟ ਫਾਰਮ ਬਿੱਲ ਕਹਾਂਗਾ ਮੈਂ ਇਸਨੂੰ, ਕਿਉਂਕਿ ਇਸ ਵਿੱਚ ਇੱਕ ਐਗਰੀਮੈਂਟ ਹੁੰਦਾ ਹੈ। ਜਿਵੇਂ ਕਿ ਐਗਜ਼ਾਮਪਲ ਤੌਰ 'ਤੇ ਮੇਰੀ ਕੋਈ ਆਟੇ ਦੀ ਕੰਪਨੀ ਹੈ ਅਤੇ ਮੈਂ ਕਿਸੇ ਕਿਸਾਨ ਨਾਲ ਪਹਿਲਾਂ ਹੀ ਐਗਰੀਮੈਂਟ ਕਰ ਲੈਂਦਾ ਕਿ ਜਿਵੇਂ ਉਹ ਫਸਲ ਬੀਜ ਰਿਹਾ ਹਲੇ, ਅਤੇ ਉਸ ਟਾਈਮ ਮੈਂ ਐਗਰੀਮੈਂਟ ਕਰ ਲੈਂਦਾ ਕਿ ਮੈਂ ਤੁਹਾਡੀ ਫਸਲ ਹੈ ਜਿਹੜੀ ਕਿ ਜਦੋਂ ਪੱਕ ਜਾਵੇ, ਜਦੋਂ ਤੁਸੀਂ ਇਸਨੂੰ ਕੱਟੋਗੇ, ਉਸ ਟਾਈਮ ਮੈਂ ਤੁਹਾਨੂੰ 2200 ਰੁਪਏ ਕੁਇੰਟਲ ਜਿਹੜੀ ਤੁਹਾਡਾ ਗੇਹੂੰ ਆ ਉਹ ਖਰੀਦ ਲਵਾਂਗਾ। ਇੱਕ ਇਹ ਬੈਨੀਫਿਟ ਦੀ ਗੱਲ ਵੀ ਹੋ ਜਾਂਦੀ ਹੈ ਕਿਸਾਨ ਵਾਸਤੇ ਕਿ ਜਿਹੜਾ ਕਿ ਸ਼ਾਇਦ ਉਸ ਟਾਈਮ ਰੇਟ ਘੱਟ ਵੀ ਸਕਦਾ ਹੈ ਅਤੇ ਵੱਧ ਵੀ ਸਕਦਾ ਹੈ। ਜਿਵੇਂ ਕਿ ਬਾਈ ਚਾਂਸ ਮੰਨ ਲਓ ਕਿ ਜਿਹੜਾ ਗੇਹੂੰ ਦਾ ਪਰ ਕੁਇੰਟਲ ਰੇਟ 1800 ਰਹਿ ਜਾਂਦਾ ਹੈ, ਪਰ ਜਿਹਨੇ ਐਗਰੀਮੈਂਟ ਕੀਤਾ ਹੁੰਦਾ ਕਿਸਾਨ ਨੇ ਉਹ ਉਸਨੂੰ 2200 ਰੁਪਏ ਪਰ ਕੁਇੰਟਲ ਹੀ ਜਿਹੜਾ ਕਿ ਉਹ ਖਰੀਦਣਾ ਪਵੇਗਾ। ਉਸਨੂੰ 2200 ਰੁਪਏ ਦੇ ਹਿਸਾਬ ਨਾਲ ਹੀ ਪਰ ਕੁਇੰਟਲ ਦਾ ਰੇਟ ਜੋ ਮਿਲੇਗਾ, ਚਾਹੇ ਰੇਟ ਘੱਟ ਜਾਵੇ ਚਾਹੇ ਰੇਟ ਵੱਧ ਜਾਵੇ। ਇਸ ਕੰਡੀਸ਼ਨ ਵਿੱਚ ਜਿਹੜਾ ਕਿ ਇਹ ਐਗਰੀਮੈਂਟ ਫਾਰਮਿੰਗ ਹੁੰਦੀ ਹੈ, ਤਾਂ ਇਸ ਤਰ੍ਹਾਂ ਇਹਨਾਂ ਨੇ ਜਿਹੜੇ ਕਿ ਕਲੀਅਰੀਫਾਈ ਕੀਤਾ ਹੋਇਆ ਹੈ
ਤਾਂ ਦੋਸਤੋ ਇਸ ਗੱਲ ਦੀ ਕੋਈ ਸ਼ੋਰਟੀ ਨਹੀਂ ਹੈ, ਜੋ ਕੰਪਨੀ ਹੈ ਉਹ ਆਉਣ ਵਾਲੇ ਟਾਈਮ ਵਿੱਚ ਆਪਣਾ ਰੇਟ ਆਪ ਸੈੱਟ ਕਰ ਸਕਦੀ ਹੈ ਅਤੇ ਆਪਾਂ ਨੂੰ ਆਪਣੀ ਫਸਲ ਜਿਹੜੀ ਉਹਨਾਂ ਨੂੰ ਵੇਚਣੀ ਪਵੇਗੀ, ਕਿਉਂਕਿ ਜਿਹੜੀ ਕਿ ਅਨਾਜ ਮੰਡੀ ਆ ਉਹ ਤਾਂ ਬੰਦ ਹੋ ਜਾਣੀ ਹੈ, ਤਾਂ ਆਪਣੇ ਕੋਲ ਚਾਰਾ ਕੀ ਬਚੇਗਾ ਕਿ ਇਹਨਾਂ ਕੰਪਨੀਆਂ ਨੂੰ ਵੀ ਆਪਣਾ ਜਿਹੜੀ ਉਪਜ ਆ ਉਹ ਵੇਚਣੀ ਪਵੇਗੀ। ਇਸ ਕਰਕੇ ਇਸਦਾ ਫਾਇਦਾ ਵੀ ਇਹ ਉਠਾ ਸਕਦੇ ਨੇ ਕੰਪਨੀ ਵਾਲੇ। ਅਤੇ ਥਰਡ ਬਿੱਲ ਦੀ ਗੱਲ ਕਰੀਏ ਦੋਸਤੋ, ਮੈਂ ਇਸਨੂੰ ਹੋਲਡਿੰਗ ਦਾ ਨਾਮ ਦੇ ਕੇ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗਾ। ਦੋਸਤੋ ਹੋਲਡਿੰਗ ਦਾ ਮਤਲਬ ਹੈ ਕਿ ਇਕੱਠਾ ਕਰਨਾ, ਕਿ ਕੋਈ ਵੀ ਅਨਾਜ ਆਪਾਂ ਸਟੋਰ ਕਰ ਲੈਂਦੇ ਹਾਂ ਜਾਂ ਜਦੋਂ ਰੇਟ ਵੱਧ ਜਾਂਦਾ ਹੈ ਤਾਂ ਉਦੋਂ ਆਪਾਂ ਸੇਲ ਕਰ ਦਿੰਦੇ ਹਾਂ, ਇਸਨੂੰ ਆਪਾਂ ਹੋਲਡਿੰਗ ਕਹਿ ਦਿੰਦੇ ਹਾਂ। ਪਹਿਲਾਂ ਜਿਹੜਾ ਕਾਨੂੰਨ ਬਣਿਆ ਹੋਇਆ ਸੀ ਉਸ ਅਕੋਰਡਿੰਗ ਜਿਹੜਾ ਠੀਕ ਆ ਕਿ ਇੱਕ ਲਿਮਿਟ ਰੱਖੀ ਹੋਈ ਸੀ ਕਿ ਕੋਈ ਵੀ ਵਿਅਕਤੀ ਜਾਂ ਆੜ੍ਹਤੀਆ ਜਾਂ ਕੋਈ ਵੀ ਪ੍ਰਾਈਵੇਟ ਬੰਦਾ ਇੰਨਾ ਜਿਹੜਾ ਕਿ ਅਨਾਜ ਜਿਹੜਾ ਸਟੋਰ ਕਰ ਸਕਦਾ, ਲਿਮਿਟ ਹੁੰਦੀ ਸੀ ਦੋਸਤੋ। ਬਟ ਹੁਣ ਜਿਹੜਾ ਇਹ ਐਕਟ ਪਾਸ ਹੋਇਆ ਇਸ ਵਿੱਚ ਹੋਲਡਿੰਗ ਦੇ ਅਨਲਿਮਿਟ ਕਰ ਦਿੱਤਾ। ਹੁਣ ਪ੍ਰੋਬਲਮ ਕਿਸਾਨਾਂ ਨੂੰ ਇਹ ਹੁੰਦੀ ਹੈ ਕਿ ਚਲੋ ਮੰਨ ਲਓ ਇਸ ਸਾਲ ਅਸੀਂ ਚੰਗੇ ਰੇਟ ਉੱਪਰ ਜਿਹੜਾ ਗੇਹੂੰ ਹੈ ਵੇਚਤਾ, ਅਤੇ ਜਿਹੜਾ ਹੋਲਡਿੰਗ ਕਰਨ ਵਾਲੇ ਵਿਅਕਤੀ ਉਸਨੂੰ ਹੋਲਡ ਕਰ ਲੈਣਗੇ ਅਤੇ ਇਕੱਠਾ ਕਰ ਲੈਣਗੇ, ਅਤੇ ਅਗਲੇ ਸਾਲ ਜਦੋਂ ਗੇਹੂੰ ਦੀ ਵਾਰੀ ਆਵੇਗੀ ਤਾਂ ਜਿਹੜੇ ਇਹ ਕੰਪਨੀ ਵਾਲੇ ਨੇ ਇਹ ਕਹਿ ਸਕਦੇ ਨੇ ਕਿ ਸਾਡੇ ਕੋਲ ਤਾਂ ਹਾਲੇ ਜਿਹੜਾ ਗੇਹੂੰ ਪਿਆ ਹੈ, ਜੇ ਤੁਸੀਂ ਇਹ 2000 ਦੀ ਥਾਂ 'ਤੇ 1400 'ਚ ਚੁਕਾਉਣਾ ਚਾਹੁੰਦੇ ਹੋ ਤਾਂ ਸਾਨੂੰ ਚੁਕਾ ਦਿਉ ਅਤੇ ਅਸੀਂ ਇਹ ਵੀ ਸਟੋਰ ਕਰ ਲਵਾਂਗੇ। ਤਾਂ ਰੀਜ਼ਨ ਪ੍ਰੋਬਲਮ ਇੱਥੇ ਆਉਂਦੀ ਹੈ ਦੋਸਤੋ। ਉਮੀਦ ਹੈ ਤੁਹਾਨੂੰ ਪੂਰੀ ਗੱਲ ਸਮਝ 'ਚ ਆ ਗਈ ਹੋਊਗੀ। ਜੇ ਵੀਡੀਓ ਬੈਨੀਫਿਸ਼ਲ ਲੱਗੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਅਤੇ ਵੀਡੀਓ ਨੂੰ ਲਾਈਕ ਕਰ ਲਓ। ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਹੈ।